ਟੀਕਰੀ ਕਰੀ ਜਾਂਦੇ ਹਾਂ, ਅਸੀਂ ਕਦੇ ਸ਼ੰਭੂ ਕਰੀ ਜਾਂਦੇ, ਇੱਕ ਵੀ ਵੋਟ ਕਿਸੇ ਨੇ ਪਾਈ? ਇਹ ਜਿੰਨੇ ਲੀਡਰ ਬਣੇ ਹੋਏ ਨੇ ਉਹ ਪੰਜਾਬ ਨੂੰ ਬਰਬਾਦ ਕਰਨ ਲੱਗੇ ਹੋਏ ਨੇ, ਜਿਹੜੇ ਕਿਸਾਨ ਲੀਡਰ ਕਹਾ ਰਹੇ ਆਪਣੇ ਆਪ ਨੂੰ। ਅੱਜ ਕਿਸਾਨ ਲੀਡਰ ਹੁਣ ਆ ਕੇ ਚੁਕਾਉਣ ਉਹਨਾਂ ਦੀ ਫਸਲ? ਸੈਂਟਰ ਤਾਂ 44,000 ਕਰੋੜ ਰੁਪਈਆ ਸੂਬੇ ਨੂੰ ਦੇ ਚੁੱਕਿਆ ਹੈ ਪੈਸੇ ਲਈ। ਅੱਜ ਜਿਹੜੇ ਲੀਡਰ ਉਹ ਸੈਂਟਰ ਦੇ ਖਿਲਾਫ ਗੱਲ ਕਰਦੇ ਆ, ਜੋ ਕਿੱਥੇ ਸੁੱਤੇ ਪਏ ਆ। ਲੋਕ ਹਰਿਆਣੇ ਦੇ ਕਿੰਨੇ ਸਿਆਣੇ ਆ, ਕਿੰਨੇ ਐਜੀਟੇਸ਼ਨ ਉੱਥੇ ਹੀ ਲੱਗਿਆ ਹੋਇਆ ਨਾ। ਟੀਕਰੀ ਕਰੀ ਜਾਂਦੇ ਹਾਂ, ਅਸੀਂ ਕਦੇ ਸ਼ੰਭੂ ਕਰੀ ਜਾਂਦੇ, ਇੱਕ ਵੀ ਵੋਟ ਕਿਸੇ ਨੇ ਪਾਈ? ਇਹ ਜਿੰਨੇ ਲੀਡਰ ਬਣੇ ਹੋਏ ਨੇ ਉਹ ਪੰਜਾਬ ਨੂੰ ਬਰਬਾਦ ਕਰਨ ਲੱਗੇ ਹੋਏ ਨੇ, ਜਿਹੜੇ ਕਿਸਾਨ ਲੀਡਰ ਕਹਾ ਰਹੇ ਆਪਣੇ ਆਪ ਨੂੰ। ਕਿਸਾਨ ਤਾਂ ਵਿਚਾਰਾ ਮੰਡੀਆਂ 'ਚ ਅੱਜ ਕਿਸਾਨ ਲੀਡਰ ਹੁਣ ਆ ਕੇ ਚੁਕਾਉਣ ਉਹਨਾਂ ਦੀ ਫਸਲ? ਅੱਜ ਕਿਉਂ ਨਾ ਮੁੱਖ ਮੰਤਰੀ ਦੇ ਜੋ ਹਾਲਾਤ ਬਣੇ ਹੋਏ ਨੇ ਅੱਜ ਉਹਦੇ ਬਾਰੇ ਕਿਉਂ ਨਹੀਂ ਬੋਲਦੇ? ਇਹ 'ਚ ਸੈਂਟਰ ਤਾਂ 44,000 ਕਰੋੜ ਰੁਪਈਆ ਸੂਬੇ ਨੂੰ ਦੇ ਚੁੱਕਿਆ ਹੈ ਪੈਸੇ ਲਈ, ਇੱਕ ਇੱਕ ਦਾਣਾ ਚੱਕਣ ਲਈ MSP ਦਾ ਪੈਸਾ ਜਿਹੜਾ ਉਹ ਏਜੰਸੀ ਪੰਜਾਬ ਨੂੰ ਪਹੁੰਚ ਚੁੱਕਿਆ ਹੈ। ਅੱਜ ਕਿਉਂ ਮੰਡੀਆਂ 'ਚ ਜਿਹੜੇ ਬੜੇ ਬੜੇ ਜਿਹੜੇ ਆ ਉਹ ਟਾਲ ਲੱਗੇ ਪਏ ਆ, ਬੜੇ ਬੜੀਆਂ ਮੰਡੀਆਂ ਮੈਂ ਰਾਹ 'ਚ ਦੇਖ ਰਿਹਾ ਸੀ ਕਿਵੇਂ ਭਰੀਆਂ ਪਈਆਂ, ਪੈਸਾ ਸੈਂਟਰ ਵੱਲੋਂ ਆ ਚੁੱਕਿਆ, ਅਤੇ ਅੱਜ ਜਿਹੜੇ ਲੀਡਰ ਉਹ ਸੈਂਟਰ ਦੇ ਖਿਲਾਫ ਗੱਲ ਕਰਦੇ ਆ, ਜੋ ਕਿੱਥੇ ਸੁੱਤੇ ਪਏ ਆ? ਕਿਉਂ ਨਾ ਮੁੱਖ ਮੰਤਰੀ ਦੇ ਘਰ ਦੇ ਵੱਲ ਨੂੰ ਜਾਂ ਆਮ ਆਦਮੀ ਦੇ ਜਿਹੜੇ ਕੇਜਰੀਵਾਲ ਵਰਗੇ ਦੇ ਕਿਉਂ ਨਾ ਘਰ ਅੱਜ ਦਰਵਾਜ਼ਿਆਂ ਤੇ ਬਹਿੰਦੇ? ਤੁਸੀਂ ਪਹਿਲਾਂ ਤੁਸੀਂ ਤੁਹਾਨੂੰ ਦੇਖੋ, ਲੱਭੋ ਜਿੱਥੇ ਜਲੇਬੀ ਵਾਲੀ ਫੈਕਟਰੀ ਕਿਹੜੀ ਆ ਉਹ ਲੱਭੋ ਫੈਕਟਰੀ, ਸਾਡੀ ਗੱਲ ਛੱਡੋ, ਆਪਣਾ ਦੇਖੋ ਤੁਹਾਡਾ ਹਾਲ ਕੀ ਆ, ਕਿਵੇਂ ਤੁਸੀਂ ਧੜਿਆਂ 'ਚ ਗਰੁੱਪਾਂ 'ਚ ਵੰਡੇ ਹੋ। ਪਹਿਲਾਂ ਆਪਣਾ ਆਮ ਆਦਮੀ ਅਤੇ ਇੰਡੀਆ ਅਲਾਇੰਸ ਆ ਜਿਹੜਾ ਉਹਨੂੰ ਲੱਭੋ, ਅਸੀਂ ਜੋ ਕਰਨਾ ਸੀ ਤੁਹਾਨੂੰ ਪੁੱਛ ਕੇ ਕਰਨਾ। ਮੋਦੀ ਜੀ ਨੂੰ ਤੀਜੀ ਵਾਰ ਸਰਕਾਰ ਬਣਾਈ ਆ ਮੋਦੀ ਜੀ ਦੀ, ਅਤੇ ਲੋਕਾਂ ਨੇ ਬਣਾਈ ਆ, ਇਸੇ ਕਰਕੇ ਬਣਾਈ ਆ ਵੀ ਕੰਮ ਹੋ ਰਹੇ ਆ। ਅਤੇ ਇਸੇ ਤਰੀਕੇ ਨਾਲ ਮੈਂ ਤਾਂ ਕਹਿਣਾ ਵੀ ਵਾਰੀ ਤਾਂ ਆਉਣ ਦਿਓ, ਲੈ ਕੇ ਤਾਂ ਉਹ ਪੰਜਾਬ 'ਚ ਦਿਖਾਵਾਂਗੇ ਫਿਰ ਤੁਹਾਨੂੰ ਕਿਵੇਂ ਕੰਮ ਹੁੰਦੇ ਆ। ਜੰਮੂ ਅਤੇ ਕਸ਼ਮੀਰ ਸਾਡੀ ਜਿਹੜੀ ਕਾਂਗਰਸ ਸਾਫ ਹੋ ਗਈ, 6 ਸੀਟਾਂ 'ਤੇ ਰਹਿ ਗਈ। ਜਿੱਥੇ ਅਸੀਂ ਜੰਮੂ 'ਚ ਲੜਾਈ ਜਿੱਥੇ ਸੀਗੀ ਉੱਥੇ ਤੁਹਾਨੂੰ ਪਤਾ ਹੈ BJP ਸਫਾਇਆ ਕਰਤਾ ਸਾਰੀਆਂ ਪਾਰਟੀਆਂ ਦਾ। ਹੁਣ ਉੱਥੇ ਅੱਗੇ ਗੱਲ ਕਰਦੇ